कि जिहड़ा भगवंत मान है इहनू मैं कोई आगू नहीं समझदा, इह कमेडियन है। 24 घंटे टूट के सुनाउणे जां विरोधियां दे तंज कसणे, इहदे नाल लोकां दा ढिड नहीं भरदा। अज पंजाब दी किसानी जिहड़ी है संकट 'च है, अज पंजाब दा नौजवान सड़कां ते रुल रहे। इह विकास इहनां दा नहीं होया, इहनां दा अपना ही विकास होया। तुसीं देखोगे 20 तारीख नूं तुहाडे सामने नज़ारा आउण। पर पार्लीमेंट पंजाब दे लोकां ने जिताए, चारां नूं इक नहीं रख सकिया, गरंटी कादी लैणगे तों। ਜਿੱਦਾਂ ਕਿ ਤੁਸੀਂ ਤੇ ਜਦੋਂ ਉਹਨਾਂ ਨੇ ਇੱਕ ਛੋਟੀ ਜਿਹੀ ਪੁਲੀ ਬਣਾਉਣੀ ਸੀ ਉਹਦੇ ਲਈ ਟਿੱਚਣਾ ਕਰਦਾ ਰਿਹਾ। ਇਸ ਕਰਕੇ ਜਿਹੜਾ ਭਗਵੰਤ ਮਾਨ ਹੈ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ। ਦੂਜੀ ਗੱਲ ਇਹ ਹੈ, ਪਾਰਟੀ ਦਾ ਜਿਹੜਾ ਸਾਡਾ ਗੱਠਜੋੜ ਹੈ ਇਹ ਸਮਾਜਿਕ ਬਰਾਬਰਤਾ ਦਾ ਗੱਠਜੋੜ ਹੈ। ਕਿਸਾਨ ਤੇ ਮਜ਼ਦੂਰ ਦੀ ਏਕਤਾ ਹੋਈ ਹੈ ਔਰ ਪਿੰਡਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਤੁਸੀਂ ਦੇਖੋਗੇ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੈ ਇਹ ਹੁੰਝਾ ਫਿਰ ਜਿੱਤ ਹਾਸਲ ਕਰੇਗਾ। ਕਿਉਂਕਿ ਜਿਹੜੇ ਦਲਿਤ ਭਰਾ ਨੇ 5 ਰੁਪਏ ਸਕੁਆਇਰ ਫੁੱਟ ਦੇ ਬੋਰਡ ਲਾਏ ਨੇ ਤੇ ਰੇਤਾ 30 ਰੁਪਏ ਮਿਲ ਰਿਹਾ ਹੈ, 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਹੋਰਡਿੰਗ ਲਾਤੇ, ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ। ਇਸੇ ਤਰ੍ਹਾਂ ਗੋਲਡੀ ਜੀ ਨੇ, ਮੇਰਾ ਸਵਾਲ ਨਹੀਂ, ਮੈਂ ਨਿੱਜੀ ਕਿਸੇ ਦੇ ਖਿਲਾਫ ਬੋਲਣਾ, ਪਰ ਜੋ ਉਹਨੇ ਵਿਕਾਸ ਕੀਤਾ ਮੈਂ ਸਮਝਦਾ ਵਿਨਾਸ਼ ਕੀਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਬਾਈ ਜੀ ਟੀਵੀ ਤੇ, ਮੈਂ ਜੱਸੀ ਬੜੈਚ। ਸੋ ਇਸ ਸਮੇਂ ਅਸੀਂ ਮੌਜੂਦ ਹਾਂ ਜੀ ਧੂਰੀ ਦੇ ਵਿੱਚ। ਕਿਹਾ ਜਾਂਦਾ ਕਿ ਧੂਰੀ ਨੂੰ ਇੱਕ ਹੌਟ ਸੀਟ ਮੰਨਿਆ ਜਾ ਰਿਹਾ। ਸਾਡੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਦੇ ਲਈ ਮੌਜੂਦ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਜੀ, ਬਹੁਤ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ। ਸਭ ਤੋਂ ਪਹਿਲਾਂ ਕਿ ਜਿਹੜਾ ਚੋਣ ਪ੍ਰਚਾਰ ਆ ਕਿੱਦਾਂ ਦਾ ਤੁਹਾਡਾ ਚੱਲ ਰਿਹਾ ਹੈਗਾ? ਦੇਖੋ, ਚੋਣ ਪ੍ਰਚਾਰ ਸਾਡਾ ਬਹੁਤ ਅੱਛਾ ਚੱਲ ਰਿਹਾ ਹੈ, ਲੋਕਾਂ ਦਾ ਬਹੁਤ ਰਿਸਪੌਂਸ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ, ਕਿਸਾਨਾਂ ਦੇ ਹਿੱਤ ਲਈ ਵੀ, ਮੁਲਾਜ਼ਮਾਂ ਦੇ ਹਿੱਤ ਲਈ ਵੀ, ਵਪਾਰੀ ਔਰ ਇੰਡਸਟਰੀਆਂ ਦੇ ਹਿੱਤ ਲਈ ਵੀ, ਔਰ ਦਲਿਤ ਭਰਾਵਾਂ ਦੇ ਹਿੱਤ ਲਈ ਵੀ। ਜੇ ਪੰਜਾਬ ਦੇ ਵਿੱਚ ਵਿਕਾਸ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਭਰੋਸੇਯੋਗਤਾ 'ਤੇ ਲੋਕ ਜਿਹੜੇ ਨੇ ਅੱਜ ਖੜ੍ਹੇ ਨੇ, ਔਰ ਜੇ ਬਦਲਾਅ ਚਾਹੁੰਦੇ ਨੇ ਪੰਜਾਬ ਦੇ ਅੰਦਰ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ। ਇਸ ਕਰਕੇ ਇਲੈਕਸ਼ਨ ਦੇ ਵਿੱਚ ਜੋ ਲੋਕਾਂ ਦਾ ਰੁਝਾਨ ਹੈ ਉਹ ਬੜਾ ਸਪਸ਼ਟ ਹੈ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਨੀ ਓ ਬਣਨੀ ਹੈ। ਅੱਛਾ, ਜਿਵੇਂ ਧੂਰੀ ਨੂੰ ਕਿਹਾ ਜਾਂਦਾ ਕਿ ਇੱਕ ਹੌਟ ਸੀਟ ਆ ਗਈ, ਜਿੱਥੇ ਕਿ ਆਮ ਆਦਮੀ ਪਾਰਟੀ ਗੱਲ ਕਰੀਏ ਜੋ ਕਿ ਸੀਐਮ ਦੇ ਚਿਹਰੇ ਨੇ ਭਗਵੰਤ ਮਾਨ ਹੋਰੀ, ਦਲਵੀਰ ਸਿੰਘ ਗੋਲਟੀ ਹੋਰੀ ਵਿਧਾਇਕ ਹੋ ਗਏ, ਮੰਨਦੇ ਹੋ ਤੁਸੀਂ ਕਿ ਮੁਕਾਬਲਾ ਹੈ ਜਾਂ ਕਿੱਦਾਂ ਤੁਸੀਂ ਇਹ ਸੀਟ ਨੂੰ ਕਿਵੇਂ ਵੇਖਦੇ ਹੋ ਆਪਣੇ ਨਜ਼ਰੀ ਦੇ ਨਾਲ? ਦੇਖੋ, ਧੂਰੀ ਹਲਕਾ ਜਿਹੜਾ ਹੈ ਇਹਦੇ ਵਿੱਚ ਭਾਵੇਂ ਕੇਜਰੀਵਾਲ ਆਪ ਆ ਜਾਂਦਾ, ਭਗਵੰਤ ਮਾਨ ਦੀ 0% ਵੀ ਲੋਕਾਂ ਦੇ ਉੱਤੇ, ਲੋਕਾਂ ਦਾ ਉੱਤੇ ਭਰੋਸਾ ਨਹੀਂ ਹੈ। 2 ਵਾਰ ਮੈਂਬਰ ਪਾਰਲੀਮੈਂਟ ਰਹੇ, ਲੋਕਾਂ ਨਾਲ ਧੋਖਾ ਕੀਤਾ, ਕਿਸੇ ਪਿੰਡ 'ਚ ਨਹੀਂ ਆਏ, ਧੰਨਵਾਦ ਕਰਨ ਨਹੀਂ ਆਏ, ਇੱਕ ਪੈ ਕੋਈ ਰੁਪਈਆ ਉਹਨੇ ਕਿਸੇ ਪਿੰਡ ਨੂੰ ਆਪਣੀ ਗ੍ਰਾਂਟ ਜਾਰੀ ਨਹੀਂ ਕੀਤੀ, ਕੋਈ ਪ੍ਰੋਜੈਕਟ ਨਹੀਂ ਲੈ ਕੇ ਆਇਆ। ਅਸਲ ਕੀ ਹੈ ਕਿ ਜਿਹੜਾ ਭਗਵੰਤ ਮਾਨ ਹੈ ਇਹਨੂੰ ਮੈਂ ਕੋਈ ਆਗੂ ਨਹੀਂ ਸਮਝਦਾ, ਇਹ ਕਮੇਡੀਅਨ ਹੈ। 24 ਘੰਟੇ ਟੋਟ ਕੇ ਸੁਣਾਉਣੇ ਜਾਂ ਵਿਰੋਧੀਆਂ ਦੇ ਤੰਜ ਕਸਣੇ, ਇਹਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ। ਅੱਜ ਪੰਜਾਬ ਦੀ ਕਿਸਾਨੀ ਜਿਹੜੀ ਹੈ ਸੰਕਟ 'ਚ ਹੈ, ਅੱਜ ਪੰਜਾਬ ਦਾ ਨੌਜਵਾਨ ਸੜਕਾਂ 'ਤੇ ਰੁਲ ਰਿਹਾ, ਉਹਨਾਂ ਦੀ ਗੱਲ ਉਹ ਕਰੇ। ਅਤੇ ਦਿੱਲੀ ਦੇ ਵਿੱਚ ਜੋ ਕੁਛ ਹੋਇਆ ਉਹ ਪੰਜਾਬ ਦੇ ਕਿਸਾਨ ਅੱਜ ਦੇਖ ਰਹੇ ਨੇ। 2615 ਰੁਪਏ ਕੁਇੰਟਲ ਕਣਕ ਕਹਿ ਕੇ 1700 ਰੁਪਏ ਕੁਇੰਟਲ ਕਿਸਾਨਾਂ ਦੀ ਕਣਕ ਰੁਲੀ ਆ ਉੱਥੇ ਜਾ ਕੇ, ਅਤੇ 20,000 ਦੇ ਕਰੀਬ ਉੱਥੇ ਜਿਹੜਾ ਐਗਰੀਕਲਚਰ ਸੈਕਟਰ ਦੇ ਵਿੱਚ ਟਿਊਬਵੈੱਲ ਨੇ ਉਹਨਾਂ ਨੂੰ 40-40,000 ਰੁਪਏ ਬਿੱਲ ਆ ਰਿਹਾ। ਔਰ ਜਿਹੜਾ ਪੰਜਾਬ ਦਾ ਪਰਾਲੀ ਹੈ, ਜਿਹੜੀ ਕਿਸਾਨ ਦੀ ਮਜਬੂਰੀ ਹੈ, ਉਹਨੂੰ ਉਹ ਕਹਿ ਰਿਹਾ ਕਿ ਇਹਨੂੰ ਖਿਲਾਫ ਉਹਦੇ ਐਫੀਡੈਵਿਟ ਦੇ ਰਿਹਾ ਕੋਰਟ ਦੇ ਵਿੱਚ, ਔਰ ਜਿਹੜੇ ਥਰਮਲ ਪਲਾਂਟ ਲੱਗੇ ਨੇ ਉਹਦੇ ਖਿਲਾਫ ਐਫੀਡੈਵਿਟ ਦੇ ਰਿਹਾ। ਔਰ ਕੇਜਰੀਵਾਲ 'ਤੇ ਕੋਈ ਯਕੀਨ ਨਹੀਂ ਕਰ ਸਕਦਾ। ਪੰਜਾਬ ਦੇ ਅੰਦਰ ਜਿਹੜਾ ਪਾਣੀ ਹੈ ਉਹਦੀ ਸਤਾ ਬਹੁਤ ਡੂੰਘੀ ਚਲੀ ਗਈ। ਪੰਜਾਬ ਦਾ ਪਾਣੀ ਜਿਹੜਾ ਹੈ ਸਾਡੇ ਲਈ ਲਾਈਫ ਲਾਈਨ ਹੈ, ਅਤੇ ਉਹਦਾ ਇਹ ਨਜ਼ਰੀਆ ਕਿ ਪੰਜਾਬ ਦਾ ਪਾਣੀ ਦਿੱਲੀ ਅਤੇ ਹਰਿਆਣੇ ਨੂੰ ਦੇ ਦਿਓ। ਇਸ ਕਰਕੇ ਪੰਜਾਬ ਦੇ ਲੋਕ ਉਹਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ। ਪਿਛਲੇ ਵਾਰੀ 4 ਮੈਂਬਰ ਪਾਰਲੀਮੈਂਟ ਪੰਜਾਬ ਦੇ ਲੋਕਾਂ ਨੇ ਜਿਤਾਏ, ਚਾਰਾਂ ਨੂੰ ਇੱਕ ਨਹੀਂ ਰੱਖ ਸਕਿਆ, ਗਰੰਟੀ ਕਾਹਦੀ ਲੈਣਗੇ ਤੋਂ? ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਕਮੇਡੀਅਨ ਨੇ, ਪਹਿਲਾਂ ਇਹੀ ਗੱਲ ਢੀਂਡਸਾ ਸਾਹਿਬ ਹੋਰੀ ਵੀ ਕਹਿੰਦੇ ਹੁੰਦੇ ਸੀ 2014 ਦੀ ਗੱਲ ਕਰੀਏ ਕਿ ਕਮੇਡੀਅਨ ਨੇ, ਪਰ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਈ ਸੀ ਇਸ ਤੋਂ ਬਾਅਦ। ਦੇਖੋ, ਕਾਠ ਦੀ ਹਾਂਡੀ ਬਹੁਤੇ ਵਾਰੀ ਨਹੀਂ ਚੜ੍ਹਦੀ। ਠੀਕ ਹੈ ਕਿ ਉਹਦੀਆਂ ਗੱਲਾਂ ਜਾ ਕੇ ਲੋਕਾਂ ਨੇ ਉਹਤੇ ਯਕੀਨ ਕਰ ਲਿਆ, ਪਰ ਵਾਰ ਵਾਰ ਜੇ ਕਹੇ ਵੀ ਝੂਠ ਦੇ ਸਹਾਰੇ 'ਤੇ ਮੈਂ ਪੌੜੀ ਚੜ੍ਹ ਸਕਦਾ, ਬੜਾ ਭੁਲੇਖਾ ਹੈ। ਤੁਸੀਂ ਦੇਖੋਗੇ ਕਿ ਧੂਰੀ ਦੇ ਲੋਕ ਬਹੁਤ ਬੁਰੀ ਤਰ੍ਹਾਂ ਉਸਨੂੰ ਹਰਾ ਕੇ ਭੇਜਣਗੇ। ਅੱਜ ਧੂਰੀ ਦੇਖੋ, ਬੇਂਡੜਾ ਪਿੰਡ ਹੈ, ਉਸ ਪਿੰਡ ਨੂੰ ਇਹਨੇ ਬਤੌਰ ਮੈਂਬਰ ਪਾਰਲੀਮੈਂਟ ਅਡੋਪਟ ਕੀਤਾ ਸੀਗਾ। ਪੰਜਾਬੀਆਂ ਦਾ ਇੱਕ ਸੰਸਕਾਰ ਨੇ ਕਿ ਜੇ ਆਪਾਂ ਕਿਸੇ ਚੀਜ਼ ਨੂੰ ਅਡੋਪਟ ਕਰ ਲਈਏ ਤਾਂ ਆਪਣੀ ਜਿੰਦ ਜਾਨ ਲਾ ਦਿੰਦੇ ਹਾਂ, ਪਰ ਇਹਨੇ ਕਰਿਆ ਕੀ ਹੈ ਕਿ ਮੁੜ ਕੇ ਮੂੰਹ ਨਹੀਂ ਦਿਖਾਇਆ। ਸਾਰਾ ਬੇਂਡੜਾ ਪਿੰਡ ਹੈ, ਉਹਦੇ ਲੋਕ ਅੱਜ ਵੀ ਅੱਖਾਂ ਡੱਡ ਡੱਡ ਦੇਖ ਰਹੇ ਨੇ ਵੀ ਸਾਡਾ ਮੈਂਬਰ ਪਾਰਲੀਮੈਂਟ ਕਿੱਥੇ ਚਲਿਆ ਗਿਆ। ਔਰ ਇਸੇ ਤਰ੍ਹਾਂ ਮੀਰ ਹੇੜੀ ਪਿੰਡ ਹੈ,
ਉੱਥੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਉਹਨਾਂ ਨੂੰ ਕਹਿੰਦਾ 5 ਲੱਖ ਰੁਪਇਆ ਪੰਚਾਇਤ ਨੂੰ ਦੇਊਂਗਾ, 5 ਲੱਖ ਸਕੂਲ ਨੂੰ ਦੇਊਂਗਾ। ਮੁੜ ਕੇ ਐਮ ਪੀ ਸਾਹਿਬ ਨੇ ਦਰਸ਼ਨ ਨਹੀਂ ਦਿੱਤੇ। ਪਿੰਡ ਬਾਲੀਆਂ ਉੱਥੇ ਸਤੌਜਪੱਤੀ ਹੈ, ਇਹਦੇ ਪਿੰਡ ਦੇ ਨਾਂ ਦੇ ਉੱਤੇ ਉਹਨਾਂ ਨੇ ਪਿੰਡ ਦਾ ਕਰਕੇ ਵੋਟਾਂ ਪਾਈਆਂ, ਅਤੇ ਜਦੋਂ ਉਹਨਾਂ ਨੇ ਇੱਕ ਛੋਟੀ ਜਿਹੀ ਪੁਲੀ ਬਣਾਉਣੀ ਸੀ ਉਹਦੇ ਲਈ ਟਿੱਚਣਾ ਕਰਦਾ ਰਿਹਾ। ਇਸ ਕਰਕੇ ਜਿਹੜਾ ਭਗਵੰਤ ਮਾਨ ਹੈ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦਾ। ਦੂਜੀ ਗੱਲ ਇਹ ਹੈ ਕਿ ਕੇਜਰੀਵਾਲ ਤਾਂ ਨਟਵਰ ਲਾਲ ਹੈ, ਉਹ ਪੰਜਾਬ ਨੂੰ ਮੈਨੂੰ ਲੱਗਦਾ ਅੱਗ ਦੀ ਭੱਠੀ 'ਚ ਝੋਕਣਾ ਚਾਹੁੰਦਾ ਹੈ। ਕੈਪੇਬਲ ਬੰਦਾ ਹੀ ਨਹੀਂ ਹੈ ਕਿ ਕੀ ਪੰਜਾਬ ਵਰਗਾ ਸਰਹੱਦੀ ਸੂਬਾ ਜਿਹਦੇ ਇੰਨੇ ਇਸ਼ੂ ਨੇ, ਸੈਂਸਿਟਿਵ ਇਸ਼ੂ ਨੇ, ਬਾਰਡਰ ਏਰੀਆ ਵੀ ਹੈ, ਕੰਡੀ ਏਰੀਆ ਵੀ ਹੈ। ਪੰਜਾਬ ਨੇ ਕਿੰਨੀਆਂ ਮਾਰਾਂ ਝੱਲੀਆਂ ਨੇ, 1947 'ਚ ਵੰਡ ਦੀ ਮਾਰ ਪੰਜਾਬ ਨੇ ਝੱਲੀ, 1965 ਅਤੇ 71 ਦੀ ਲੜਾਈ ਦਾ ਸੇਕ ਸਭ ਤੋਂ ਵੱਧ ਪੰਜਾਬੀਆਂ ਨੂੰ ਹੋਇਆ, 1984 ਦਾ ਬਲਿਊ ਸਟਾਰ ਜਿਹਨੂੰ ਕਦੇ ਵੀ ਆਉਣ ਵਾਲੀਆਂ ਸਾਡੇ ਪੁਸ਼ਤ ਨਹੀਂ ਭੁੱਲ ਸਕਦੀ, ਜਿਹਦੇ 'ਚ 50,000 ਤੋਂ ਵੱਧ ਨੌਜਵਾਨਾਂ ਦਾ ਘਾਣ ਹੋ ਗਿਆ, ਦਿੱਲੀ ਦੇ ਵਿੱਚ ਕੀ ਕੁਛ ਵਾਪਰਿਆ। ਇਸ ਕਰਕੇ ਅਜਿਹੀਆਂ ਮਾਰਾਂ ਪੰਜਾਬ ਨੇ ਝੱਲੀਆਂ ਨੇ। ਪੰਜਾਬ ਵਰਗੀ ਸੈਂਸਿਟਿਵ ਸਟੇਜ ਜਿੱਥੇ 65% ਆਬਾਦੀ ਜਿਹੜੀ ਹੈ ਉਹ ਇਕੱਲੀ ਕਿਸਾਨੀ ਨਾਲ ਜੁੜੀ ਹੈ, ਅੱਜ ਪੰਜਾਬ ਦਾ 2 ਕਰੋੜ ਜਿਹੜਾ ਹੈ ਪਾਪੂਲੇਸ਼ਨ ਜਿਹੜੀ ਹੈ ਖੇਤੀ 'ਤੇ ਨਿਰਭਰ ਹੈ। ਕੀ ਇਹੋ ਜਿਹੇ ਵਿਅਕਤੀਆਂ ਨੂੰ ਜਿਹੜੇ ਕੈਪੇਬਲ ਨਹੀਂ ਹੈਗੇ, ਜਿਹੜੇ ਇੱਕ ਯੋਗਤਾ ਹੀ ਨਹੀਂ ਰੱਖਦੇ ਕਿ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ? ਤੁਸੀਂ ਇਹ ਚੀਜ਼ ਨੂੰ ਕਿੱਦਾਂ ਵੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਜਿਹੜਾ ਗੱਠਜੋੜ ਸੀ ਉਹ ਬੀਜੇਪੀ ਨਾਲ ਸੀਗਾ, ਹੁਣ ਬਸਪਾ ਦੇ ਨਾਲ ਆ, ਕੀ ਨੁਕਸਾਨ ਹੋਇਆ ਬੀਜੇਪੀ ਨੂੰ ਦੂਰ ਕਰਨ ਦਾ ਜਾਂ ਬਸਪਾ ਨੂੰ ਸ਼ਾਮਿਲ ਕਰਨ ਦਾ ਕੋਈ ਫਾਇਦਾ ਹੋਇਆ? ਦੇਖੋ, ਬੀਜੇਪੀ ਨਾਲ ਸਾਡਾ ਅਲਾਇੰਸ ਇਸ ਕਰਕੇ ਸੀ ਕਿ ਨੈਸ਼ਨਲ ਪਾਰਟੀ ਹੈ, ਪੰਜਾਬ ਦੇ ਹਿੱਤਾਂ ਲਈ ਅਸੀਂ ਅਲਾਇੰਸ ਕੀਤਾ ਸੀਗਾ, ਕਿਉਂਕਿ ਪੰਜਾਬ ਸੂਬੇ ਕੋਲ ਫੰਡ ਘੱਟ ਸਾਧਨ ਹੁੰਦੇ ਨੇ, ਚਲੋ ਕੇਂਦਰ ਸਰਕਾਰ ਕੋਲ ਵੱਧ ਸਾਧਨ ਹੋਣ ਕਰਕੇ ਪੰਜਾਬ ਦੇ ਵਿਕਾਸ ਲਈ ਅਤੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਵਨਾ ਨੂੰ ਮਜ਼ਬੂਤ ਕਰਨ ਲਈ ਅਸੀਂ ਗੱਠਜੋੜ ਕੀਤਾ ਸੀ, ਪਰ ਪੰਜਾਬ ਦੇ ਹਿੱਤਾਂ ਦੇ, ਕਿਸਾਨੀ ਦੇ ਹਿੱਤਾਂ ਦੇ ਖਿਲਾਫ ਜਦੋਂ ਕੇਂਦਰ ਸਰਕਾਰ ਨੇ ਕੋਈ ਫੈਸਲਾ ਕੀਤਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਕਿਵੇਂ ਬਰਦਾਸ਼ਤ ਕਰ ਸਕਦਾ? ਸ਼੍ਰੋਮਣੀ ਅਕਾਲੀ ਦਲ ਕਿਸਾਨ ਹੇਤੂ ਪਾਰਟੀ ਹੈ। ਦੇਸ਼ ਦੇ ਵਿੱਚ ਵੱਡੇ 3 ਕਿਸਾਨ ਆਗੂ ਹੋਏ ਨੇ, ਪਹਿਲਾ ਹੋਇਆ ਕਿ ਚੌਧਰੀ ਚਰਨ ਸਿੰਘ, ਦੂਸਰੇ ਚੌਧਰੀ ਦੇਵੀ ਲਾਲ, ਤੀਸਰੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਇਹਨਾਂ 3 ਦਾ ਦੇਸ਼ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੈ ਜੋ ਕਿਸਾਨਾਂ ਦੇ ਹਿੱਤ ਲਈ ਕੀਤਾ ਹੈ। ਅੱਜ ਜੇ ਪੰਜਾਬ ਦੇ ਵਿੱਚ ਕਿਸਾਨੀ ਸਰਵਾਈਵ ਕੀਤੀ ਹੈ ਉਹ ਇਸ ਕਰਕੇ ਕੀਤੀ ਹੈ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਮੰਡੀਕਰਨ ਸਿਸਟਮ ਅਸੀਂ ਇੰਨਾ ਵਧੀਆ ਬਣਾਇਆ, ਭਾਵੇਂ ਨੋਟੀਫਾਈਡ ਮੰਡੀਆਂ ਨੇ, ਭਾਵੇਂ ਪਰਚੇਜ ਸੈਂਟਰ ਨੇ, ਭਾਵੇਂ ਫੋਕਲ ਪੁਆਇੰਟ ਬਣਾਏ ਨੇ, ਭਾਵੇਂ ਖਾਲ ਪੱਕੇ ਕੀਤੇ ਨੇ, ਕੱਸੀਆਂ ਪੱਕੀਆਂ ਕੀਤੀਆਂ ਨੇ, ਮਾਮਲਾ ਮਾਫ਼ ਕੀਤਾ, ਔਰ 14,80,000 ਟਿਊਬਵੈੱਲਾਂ ਨੂੰ ਬਿਜਲੀ ਫ੍ਰੀ ਕੀਤੀ ਹੈ, 5,000 ਏਕੜ ਕਿਸਾਨਾਂ ਨੂੰ ਜ਼ਮੀਨ ਵਾਪਸ ਕੀਤੀ ਹੈ। ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 'ਚ ਆਉਂਦੀਆਂ ਨੇ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿੱਤਾਂ ਨਾਲ ਕੰਪਰੋਮਾਈਜ਼ ਨਹੀਂ ਸੀ ਕਰ ਸਕਦਾ ਔਰ ਉਹਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਣਾ। ਬਹੁਜਨ ਸਮਾਜ ਪਾਰਟੀ ਨਾਲ ਜਿਹੜਾ ਸਾਡਾ ਗੱਠਜੋੜ ਹੈ ਇਹ ਸਮਾਜਿਕ ਬਰਾਬਰਤਾ ਦਾ ਗੱਠਜੋੜ ਹੈ, ਕਿਸਾਨ ਅਤੇ ਮਜ਼ਦੂਰ ਦੀ ਏਕਤਾ ਹੋਈ ਹੈ ਔਰ ਪਿੰਡਾਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਤੁਸੀਂ ਦੇਖੋਗੇ ਕਿ ਇਸ ਇਲੈਕਸ਼ਨ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੈ ਇਹ ਹੁੰਝਾ ਫਿਰ ਜਿੱਤ ਹਾਸਲ ਕਰੇਗਾ, ਕਿਉਂਕਿ ਜਿਹੜੇ ਦਲਿਤ ਭਰਾ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲਿਆ। ਬਹੁਜਨ ਸਮਾਜ ਪਾਰਟੀ ਦੇ ਜਿਹੜੇ ਵਰਕਰ ਨੇ, ਜਿਹੜੇ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੀ ਸੋਚ ਨਾਲ ਜੁੜੇ ਨੇ, ਉਹਨਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇਨਕਲਾਬ ਆ ਰਿਹਾ ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਇਸ ਅਲਾਇੰਸ ਦੇ ਜ਼ਰੀਏ ਸੱਤਾ ਦੇ ਵਿੱਚ ਭਾਈਵਾਲ ਹੋਵਾਂਗੇ। ਇਸ ਕਰਕੇ ਇਸ ਰੁਝਾਨ ਨੂੰ, ਇਸ ਤੂਫਾਨ ਨੂੰ ਕੋਈ ਰੋਕ ਨਹੀਂ ਸਕਦਾ। ਤੁਹਾਡਾ ਕੀ ਮੰਨਣਾ ਕਿ ਤੁਹਾਡਾ ਜਿਹੜਾ ਧੂਰੀ ਦੀ ਸੀਟ ਦੀ ਗੱਲ ਕਰ ਲਈਏ, ਮੁਕਾਬਲਾ ਕਿਹਦੇ ਨਾਲ ਰਹਿਣ ਵਾਲਾ, ਗੋਲਡੀ ਹੋਰਾਂ ਨਾਲ ਜਾਂ ਭਗਵੰਤ ਮਾਨ ਹੋਰਾਂ ਨਾਲ? ਗੋਲਡੀ ਹੋਰੀ ਦਾਅਵੇ ਕਰ ਰਹੇ ਨੇ ਕਿ ਅਸੀਂ ਬਹੁਤ ਵਿਕਾਸ ਕੀਤਾ ਪਿੰਡਾਂ ਦਾ, ਉਹ ਕਹਿੰਦੇ ਅਸੀਂ ਕੰਮਾਂ ਦੇ ਆਧਾਰ 'ਤੇ ਚੋਣ ਲੜਾਂਗੇ। ਪਹਿਲਾਂ ਕੰਮਾਂ ਦੇ ਆਧਾਰ 'ਤੇ ਚੰਨੀ ਸਾਹਿਬ ਚੋਣ ਲੜ ਰਹੇ ਨੇ, ਜਿਨ੍ਹਾਂ ਨੇ 5 ਰੁਪਏ ਸਕੁਅਰ ਫੁੱਟ ਦੇ ਬੋਰਡ ਲਾਏ ਨੇ ਅਤੇ ਰੇਤਾ 30 ਰੁਪਏ ਮਿਲ ਰਿਹਾ। 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਹੋਰਡਿੰਗ ਲਾਤੇ, ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ। ਇਸੇ ਤਰ੍ਹਾਂ ਗੋਲਡੀ ਜੀ ਨੇ, ਮੇਰਾ ਸਵਾਲ ਨਹੀਂ, ਮੈਂ ਨਿੱਜੀ ਕਿਸੇ ਦੇ ਖਿਲਾਫ਼ ਬੋਲਣਾ, ਪਰ ਜੋ ਉਹਨੇ ਵਿਕਾਸ ਕੀਤਾ ਮੈਂ ਸਮਝਦਾ ਵਿਨਾਸ਼ ਕੀਤਾ। ਅੱਜ ਧੂਰੀ ਦੇ ਘਰ ਘਰ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਕਿ ਕਿਸ ਢੰਗ ਦੇ ਨਾਲ ਯੂਨੀਅਨਾਂ 'ਤੇ ਕਬਜ਼ੇ ਕਰ ਲਏ, ਕਿਸ ਤਰ੍ਹਾਂ ਲੋਕਾਂ ਦੀਆਂ ਪੱਗਾਂ ਲਾਤੀਆਂ, ਪਰਚੇ ਦਰਜ ਕਰਤੇ, ਉੱਥੋਂ ਦੇ ਟੈਂਡਰ ਵੀ ਆਪ ਹੀ ਲੈ ਲਏ, ਟਰੱਕ ਆਪਰੇਟਰਾਂ ਦਾ ਘਾਣ ਕਰਤਾ ਫਾਈਨੈਂਸ਼ਲੀ, ਅਤੇ ਲੇਬਰ ਦੇ ਟੈਂਡਰ ਲੈ ਕੇ ਲੇਬਰ ਦਾ ਹੱਕ ਮਾਰ ਲਿਆ, ਔਰ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਦੀ ਕਰਪਸ਼ਨ ਹੋਈ ਹੈ, 3-tier ਕਰਪਸ਼ਨ ਜਿਹੜੀ ਹੈ ਉਹ ਮੈਂ ਧੂਰੀ ਦੇ ਵਿੱਚ ਸੁਣ ਰਿਹਾ, ਔਰ ਕਿਸ ਤਰ੍ਹਾਂ ਲੋਕਾਂ ਦੇ ਝੂਠੇ ਪਰਚੇ ਕੀਤੇ ਨੇ, ਕਿਸ ਤਰੀਕੇ ਨਾਲ ਹਰ ਕੰਮ ਦੇ ਵਿੱਚ ਹਿੱਸੇਦਾਰੀਆਂ ਹੋਈਆਂ ਨੇ, ਔਰ ਸਬ ਸਟੈਂਡਰਡ ਇੱਟਾਂ ਜਿਹੜੀਆਂ ਨੇ ਉਹ ਵੀ ਆਪਣੀ ਸਪਲਾਈ ਕੀਤੀ ਹੈ। ਔਰ ਅੱਜ ਮੈਨੂੰ ਲੱਗਦਾ ਕਿ ਧੂਰੀ ਦੇ ਲੋਕ ਇਸ ਗੱਲ ਦਾ ਜਵਾਬ ਉਹਨੂੰ 20 ਤਾਰੀਖ ਨੂੰ ਦੇਣਗੇ। ਜੇ ਵਿਕਾਸ ਕੀਤਾ ਹੁੰਦਾ ਤਾਂ ਨੰਗੇ ਪੈਰੀ ਜਾਣ ਦੀ ਲੋੜ ਨਹੀਂ, ਇਹ ਨੰਗੇ ਪੈਰੀ ਜਾਣਦਾ ਹੁਣ, ਭਾਵੇਂ ਨੰਗੇ ਪੈਰੀ ਵਗ ਜਾਓ, ਕੁਛ ਵਗ ਜਾਓ, ਕਿਉਂਕਿ ਕੋਈ ਵੀ ਲੀਡਰ ਹੈ ਉਹਦੀ ਇੱਕ ਭਰੋਸੇਯੋਗਤਾ ਹੈ। ਜੇ ਸਾਡੀ ਭਰੋਸੇਯੋਗਤਾ ਖਤਮ ਹੋ ਗਈ ਤਾਂ ਬੰਦਾ ਅਰਸ਼ ਤੋਂ ਫਰਸ਼ 'ਤੇ ਚਲੇ ਜਾਂਦਾ। ਇਸ ਕਰਕੇ ਗੋਲਡੀ ਜੀ ਨੂੰ ਭੁਲੇਖ ਹੈ ਕਿ ਮੈਂ ਵਿਕਾਸ ਕੀਤਾ ਅਤੇ ਉਹਨੇ ਵਿਨਾਸ਼ ਕੀਤਾ। ਅੱਜ ਧੂਰੀ ਦੇ ਲੋਕ ਪੁੱਛ ਰਹੇ ਨੇ ਕਿ ਸਾਡਾ ਸਟੇਡੀਅਮ ਕਿੱਥੇ ਹੈ ਬਈ, ਸਾਡਾ ਬੱਸ ਸਟੈਂਡ ਕਿੱਥੇ ਹੈ, ਸਾਡੇ ਰਜਵਾਹੇ ਦਾ ਕੀ ਕੀਤਾ।
ਸਾਡਾ ਜਿਹੜਾ ਆਪਣੇ ਇੰਡਸਟਰੀਅਲ ਫੋਕਲ ਪੁਆਇੰਟ ਸਾਡਾ ਕਿੱਥੇ ਗਿਆ, ਫਾਟਕਾਂ ਦਾ ਕੋਈ ਮਸਲਾ ਹੱਲ ਹੋਇਆ, ਸਿਵਲ ਹਸਪੀਟਲ ਦਾ ਕਿੱਡਾ ਬੁਰਾ ਹਾਲ ਹੈ, ਅਲਟਰਾਸਾਊਂਡ ਤੱਕ ਦੀ ਮਸ਼ੀਨ ਨਹੀਂ ਹੈ ਅਤੇ ਪਸ਼ੂ ਹਸਪੀਟਲ ਨਹੀਂ ਹੈ, ਇੱਕ ਵੀ ਗੱਲ ਦੱਸ ਦੇਵੇ ਧੂਰੀ ਦੇ ਵਿੱਚ ਕੀਤੀ ਹੋਵੇ, ਇਕੱਲਾ ਸਬ ਸਟੈਂਡਰਡ ਇੰਟਰਲੋਕਿੰਗ ਲਾ ਕੇ ਵਿਕਾਸ ਹੋ ਜਾਣੇ, ਇਹ ਵਿਕਾਸ ਇਹਨਾਂ ਦਾ ਨਹੀਂ ਹੋਇਆ, ਇਹਨਾਂ ਦਾ ਆਪਣੀ ਵਿਕਾਸ ਹੋਇਆ। ਤੁਸੀਂ ਦੇਖੋਗੇ 20 ਤਾਰੀਖ ਨੂੰ ਤੁਹਾਡੇ ਸਾਹਮਣੇ ਨਜ਼ਾਰਾ ਆਉਣੇ ਕਿ ਜਿਹੜੇ ਸਿਟਿੰਗ MLA ਨੇ ਜਾਂ ਇਹਨਾਂ ਦੀ ਸਰਕਾਰ ਦਾ ਜਿਹੜਾ ਜਨਾਜ਼ਾ ਹੈਗਾ ਨਿਕਲਣਾ, ਕਿਉਂਕਿ ਲੋਕ ਪੰਜਾਬ ਦੇ ਮਹਿਸੂਸ ਕਰਦੇ ਨੇ। 5 ਸਾਲ ਦਾ ਸਮਾਂ ਕਾਲਾ ਦੌਰ ਸੀ ਕਾਂਗਰਸ ਦਾ, ਕਾਂਗਰਸ ਨੇ ਪੰਜਾਬ ਦਾ ਕਦੇ ਭੁਲਾ ਨਹੀਂ ਕੀਤਾ, ਕਾਂਗਰਸ ਦੇ ਦਿੱਤੇ ਜ਼ਖਮਾਂ ਨੂੰ ਕਦੇ ਪੰਜਾਬੀ ਭੁੱਲ ਨਹੀਂ ਸਕਦੇ। ਜਿੱਦਾਂ ਗੱਲ ਕਿ ਤੁਸੀਂ ਸੰਗਰੂਰ ਦੇ ਵਿੱਚ ਵੀ MLA ਰਹੋਗੇ, ਤੁਸੀਂ ਪਾਰਟੀ ਨੂੰ ਇਹ ਗੱਲ ਨਹੀਂ ਰੱਖੀ ਕਿ ਇੱਥੋਂ ਅਸੀਂ MLA ਰਹੇ, ਮੈਨੂੰ ਸੀਟ ਇੱਥੋਂ ਹੀ ਲੜਨੀ ਚਾਹੀਦੀ ਹੈ, ਸਾਨੂੰ ਧੂਰੀ ਦੇ ਵਿੱਚ ਤੁਸੀਂ ਆਏ ਹੋਗੇ, ਤੂੰ ਇਹ ਚੀਜ਼? ਕੋਈ ਵੀ ਪਾਰਟੀ ਜਦੋਂ ਚੋਣ ਮੈਦਾਨ 'ਚ ਆਉਂਦੀ ਹੈ, ਬਹੁਤ ਤਰ੍ਹਾਂ ਦੇ ਜਿਹੜੇ ਨੇ ਸਰਵੇਖਣ ਹੁੰਦੇ ਨੇ, ਬਹੁਤ ਤਰ੍ਹਾਂ ਦੇ ਸਮੀਕਰਨ ਹੁੰਦੇ ਨੇ, ਕਿਹੜੇ ਚਿਹਰੇ ਨੂੰ ਕਿਸ ਹਲਕੇ 'ਚ ਲੈ ਕੇ ਜਾਣਾ, ਕਿਸ ਆਗੂ ਦੀ ਕਿੱਥੇ ਕ੍ਰੈਡੀਬਿਲਟੀ ਜ਼ਿਆਦਾ ਹੈ, ਕਿੱਥੇ ਉਹ ਵੱਧ ਪਰਫਾਰਮੈਂਸ ਦੇ ਸਕਦਾ, ਇਹ ਪਾਰਟੀ ਹਰ ਇੱਕ ਦੀ ਸਟੇਟਸ। ਹੁਣ ਤੁਸੀਂ ਦੇਖੋ ਮੁੱਖ ਮੰਤਰੀ ਪੰਜਾਬ ਦਾ ਭਦੌੜ ਤੋਂ ਚੋਣ ਲੜ ਰਹੇ, ਪੁੱਛੋ ਚੰਨੀ ਸਾਹਿਬ ਨੂੰ ਵੀ ਤੂੰ ਚਮਕੌਰ ਸਾਹਿਬ ਛੱਡ ਕੇ ਭਦੌੜ ਕਿਉਂ ਆ ਗਿਆ, ਭਦੌੜ ਜਾਣਦਾ, ਧੂਰੀ ਤਾਂ ਮੇਰਾ ਆਪਣਾ ਇਲਾਕਾ ਹੈ, ਬੱਚਾ ਬੱਚਾ ਮੈਨੂੰ ਜਾਣਦਾ, ਮੇਰੇ ਹਰ ਪਰਿਵਾਰ ਦੇ ਨਾਲ ਰਿਸ਼ਤਾ ਹੈ, ਹਰ ਪਰਿਵਾਰ ਦੇ ਨਾਲ ਮੇਰੀ ਸਾਂਝ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਇਕੱਲੇ ਇੱਕ ਹਲਕੇ ਦੀ ਗੱਲ ਨਹੀਂ, ਸਮੁੱਚੇ ਪੰਜਾਬ ਦੇ ਭਲੇ ਦੀ ਗੱਲ ਕਰਦਾ। ਸ਼੍ਰੋਮਣੀ ਅਕਾਲੀ ਦਲ ਸਮੁੱਚੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣਾ ਚਾਹੁੰਦਾ। ਇਸ ਕਰਕੇ ਪਾਰਟੀ ਦੇ ਜਿਹੜੇ ਕੋਈ ਫੈਸਲੇ ਨੇ, ਪਾਰਟੀ ਦੀ ਜਿਹੜੀ ਕੋਈ ਸਟ੍ਰੈਟਜੀ ਹੈ, ਉਹਦੇ ਮੁਤਾਬਕ ਅਸੀਂ ਵਰਕਰ ਹਾਂ, ਸਾਡੀ ਡਿਊਟੀ ਬਣਦੀ ਹੈ ਜਿੱਥੇ ਵੀ ਡਿਊਟੀ ਲਾਈ ਹੈ। ਔਰ ਤੁਸੀਂ ਦੇਖੋਗੇ ਧੂਰੀ ਦੇ ਵਿੱਚ ਬਹੁਤ ਵੱਡੀ ਲੀਡ ਲੈ ਕੇ। ਮੇਰਾ ਲਾਸਟ ਸਵਾਲ ਰਹੂਗਾ, ਤੁਹਾਡੇ ਧੂਰੀ ਦੇ ਕਿਹੜੇ ਕੰਮਾਂ ਨੂੰ ਤੁਸੀਂ ਵੇਖਦੇ ਹੋ, ਜਿਹੜੇ ਮੁੱਖ ਏਜੰਡੇ 'ਤੇ ਤੁਸੀਂ ਰੱਖੋਗੇ ਵੀ ਧੂਰੀ ਦੇ ਵਿੱਚ ਆਹ ਕੰਮਾਂ ਦੇ ਆਧਾਰ 'ਤੇ ਤੁਸੀਂ ਵੋਟ ਲੜੋਗੇ? ਦੇਖੋ ਧੂਰੀ ਦੇ ਵਿੱਚ ਜਿਹੜੀਆਂ ਅੱਜ ਦੀ ਡੇਟ ਹੈ, ਉਹਦੇ ਵਿੱਚ ਬੱਸ ਸਟੈਂਡ ਹੈ, ਸਟੇਡੀਅਮ ਹੈ, ਇੰਡਸਟਰੀਅਲ ਫੋਕਲ ਪੁਆਇੰਟ ਹੈ, ਪਸ਼ੂ ਹਸਪੀਟਲ ਹੈ, ਸਿਵਲ ਹਸਪੀਟਲ ਹੈ, ਰਜਵਾਹਾ ਉਹਨੂੰ ਬੰਦ ਕਰਨਾ, ਅਤੇ ਜਿਹੜੇ ਫਾਟਕ ਨੇ ਜਿਹਦੇ ਕਰਕੇ ਸਾਰੇ ਧੂਰੀ ਦਾ ਸੱਤਿਆਨਾਸ਼ ਹੋਇਆ ਪਿਆ, ਡਿਵਾਈਡ ਹੋਇਆ ਪਿਆ, ਲੋਕ ਇੰਨੇ ਪਰੇਸ਼ਾਨ ਨੇ, ਜੇ ਫਾਟਕ ਕੋਲ ਖੜ੍ਹੇ ਹੁੰਦੇ ਨੇ ਨਾ, ਜੇ ਫਾਟਕ ਖੁੱਲ੍ਹੇ, ਜੇ ਲੋਕ ਸਮਝਦੇ ਨੇ ਵੀ ਲਾਟਰੀ ਨਿਕਲੀ, ਇੰਨੀ ਪਰੇਸ਼ਾਨੀ ਲੋਕਾਂ ਨੂੰ ਹੈ। ਇਹ ਮੁੱਖ ਮੁੱਦੇ ਨੇ 5-7, ਭਾਵੇਂ ਸਰਕਾਰਾਂ ਲਈ ਛੋਟੇ ਹੁੰਦੇ ਨੇ। ਮੈਂ ਧੂਰੀ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਠੀਕ ਹੈ ਕਿ ਸਾਰੇ ਨੁਮਾਇੰਦੇ ਆਪੋ ਆਪਣਾ ਢੰਗ ਹੁੰਦਾ, ਪਰ ਜੇ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ, ਲੋਕਾਂ ਨੇ ਮੈਨੂੰ ਮੌਕਾ ਦਿੱਤਾ, ਤਾਂ ਮੈਂ ਧੂਰੀ ਦੇ ਹਲਕੇ ਦੇ ਲੋਕਾਂ ਨੂੰ ਇਹ ਸਮਝਾਉਣ 'ਚ ਜ਼ਰੂਰ ਸਫਲ ਹੋਊਂਗਾ ਕਿ ਸਰਕਾਰ ਹੁੰਦੀ ਕੀ ਹੈ, ਸਰਕਾਰ ਦੀ ਕਿੰਨੀ ਤਾਕਤ ਹੁੰਦੀ ਹੈ, ਸਰਕਾਰ ਤੋਂ ਕੀ ਕਰਾਇਆ ਜਾ ਸਕਦਾ। ਜੇ ਕਿਸੇ ਨੇ ਦੇਖਣਾ ਹੋਵੇ ਤਾਂ ਮੇਰੇ ਹਲਕਾ ਸੰਗਰੂਰ ਅਤੇ ਭਵਾਨੀਗੜ੍ਹ 'ਚ ਜਾ ਕੇ ਦੇਖੋਗੇ। ਸਰ ਮੈਂ ਉਸ ਸਵਾਲ 'ਤੇ ਆਉਣਾ ਸੀ, ਤੁਸੀਂ ਉਹ ਚੀਜ਼ ਦੀ ਉਦਾਹਰਣ ਦਿਓਗੇ ਕਿ ਤੁਸੀਂ ਸੰਗਰੂਰ ਅਤੇ ਭਵਾਨੀਗੜ੍ਹ 'ਚ ਕੀ ਕੀਤਾ, ਉਸ ਆਧਾਰ 'ਤੇ ਵੋਟ ਮੰਗੋਗੇ ਇੱਥੇ? ਪਹਿਲੀ ਗੱਲ ਤਾਂ ਹੈ ਕਿ ਸੰਗਰੂਰ ਭਵਾਨੀਗੜ੍ਹ ਅਤੇ ਧੂਰੀ ਇੱਕ ਹੈਗਾ, ਮੈਂ ਉੱਥੋਂ ਦੀਆਂ ਉਦਾਹਰਨਾਂ ਕੀ ਦੇਵਾਂ, ਬੱਚਾ ਬੱਚਾ ਇੱਕ ਜਾਣਦਾ। ਔਰ ਦੂਜੀ ਵੱਡੀ ਗੱਲ ਜਾਣਦਾ ਮੇਰੇ ਬਾਰੇ, ਮੇਰੇ ਸੁਭਾਅ ਬਾਰੇ, ਮੇਰੇ ਕੰਮ ਬਾਰੇ, ਧੂਰੀ ਦੇ ਇੱਕ ਇੱਕ ਜ਼ਰੇ ਜ਼ਰੇ ਨੂੰ ਪਤਾ। ਮੈਂ ਜਿੱਥੇ ਵੀ ਜਾਂਦਾ ਲੋਕ ਮੈਨੂੰ ਉਡੀਕਦੇ ਨੇ, ਲੋਕ ਚਾਅ ਨਾਲ ਮਿਲਦੇ ਨੇ, ਅਤੇ ਜੇ ਤੁਹਾਡੀ ਕ੍ਰੈਡੀਬਿਲਟੀ ਨਹੀਂ ਤਾਂ ਲੋਕਾਂ ਨੇ ਤੁਹਾਤੋਂ ਕਰਾਉਣਾ ਕੀ ਹੈ? ਇਸ ਕਰਕੇ ਮੇਰਾ ਖੁੱਲ੍ਹਾ ਕਿਤਾਬ ਹੈ, ਮੇਰਾ ਜਿਹੜਾ ਰਾਜਨੀਤਿਕ ਸਫ਼ਰ ਹੈ, ਅਤੇ ਜੇ ਅਸੀਂ ਲੋਕਾਂ ਦੇ ਕੰਮ ਨਹੀਂ ਕਰਦੇ ਤਾਂ ਲੋਕਾਂ ਨੇ ਸਾਡੇ ਤੋਂ ਕਰਾਉਣਾ ਨਹੀਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਈ ਸਿਹਰਦ ਹੈ, ਪੰਜਾਬ ਦੇ ਹਰ ਮਸਲੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਔਰ ਸੰਗਰੂਰ ਹਲਕਾ ਤਾਂ ਅੱਜ ਸਾਰਾ ਧੂਰੀ ਤੁਰਿਆ ਫਿਰਦਾ ਕਿ ਜੀ ਗਰਗ ਸਾਹਿਬ ਦੀ ਮਦਦ ਕਰੋ। ਹੋਰ ਵੱਡੀ ਗੱਲ ਹੈ, ਜਿਹੜੀਆਂ ਸਾਡੇ ਵਿਰੋਧੀ ਪਾਰਟੀਆਂ ਦੇ ਵਰਕਰ ਨੇ ਜਾਂ ਆਗੂ ਨੇ, ਉਹ ਵੀ ਆ ਕੇ ਮੇਰੀ ਧੂਰੀ ਮਦਦ ਕਰ ਰਹੇ ਨੇ। ਖੁੱਲ੍ਹ ਕੇ ਦੱਸ ਦਿਓ ਵੀ ਕਿਹੜੇ ਇੱਦਾਂ ਦੇ? ਨਹੀਂ ਐ ਨਹੀਂ, ਇਹ ਨਹੀਂ, ਕੌਣ ਕਰ ਰਹੇ ਨੇ, ਪਰ ਉਹ ਮੇਰੇ ਪ੍ਰਤੀ ਸਿੰਪਥੀ ਰੱਖਦੇ ਨੇ ਅਤੇ ਮੇਰੇ ਪ੍ਰਤੀ ਉਹਨਾਂ ਦੀ ਸੋਚ ਜਿਹੜੀ ਹੈ ਪੋਜ਼ਿਟਿਵ ਹੈ। ਬਿਲਕੁਲ ਜੀ, ਸਾਨੂੰ ਸਾਡੇ ਨਾਲ ਪ੍ਰਕਾਸ਼ ਚੰਦ ਗਰਗ ਜੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਤੋਂ ਸਾਂਝੇ ਉਮੀਦਵਾਰ ਨੇ, ਜੋ ਕਿ ਚੋਣ ਲੜ ਰਹੇ ਨੇ। ਤੁਸੀਂ ਵੀ ਆਪਣੇ ਸਾਨੂੰ ਸੁਝਾਅ ਜ਼ਰੂਰ ਦਿਓ ਕਿ ਤੁਹਾਡਾ ਲੀਡਰ, ਤੁਹਾਡਾ ਆਗੂ ਕੌਣ। ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ BYG TV।